ਆਜ਼ਾਦੀ ਅਤੇ ਬਰਬਾਦੀ। ਸ਼ਾਇਦ ਓਨੀਆਂ ਜਾਨਾਂ ਆਜ਼ਾਦੀ ਲਿਆਉਣ ਲਈ ਨਹੀਂ ਦੇਣੀਆਂ ਪਈਆਂ, ਜਿੰਨੀਆਂ ਜਾਨਾਂ ਆਜ਼ਾਦੀ ਤੋਂ ਬਾਅਦ ਲੀਡਰਾਂ ਦੀ ਲੁੱਚੀ ਅਤੇ ਲਾਲਚੀ ਸੋਚ ਨਾਲ ਮੱਚੇ ਕੋਹਰਾਮ ਦੀ ਭੇਟ ਚੜ੍ਹੀਆਂ। ਲੱਖਾਂ ਲੋਕਾਂ ਦਾ ਕਤਲੇਆਮ ਹੋਇਆ, ਪੁੱਤ ਦੇ ਸਾਹਮਣੇ ਮਾਂ ਦੀ ਬੇਇੱਜ਼ਤੀ ਅਤੇ ਮਾਂ ਦੇ ਸਾਹਮਣੇ ਪੁੱਤ ਦਾ ਕਤਲ ਕੀਤਾ, ਅਤੇ ਆਜ਼ਾਦੀ ਬਰਬਾਦੀ ਵਿੱਚ ਬਦਲ ਗਈ। ਬਾਬੂ ਜੀ ਲਿਖਦੇ ਹਨ, ਭਾਈ ਭਾਈਆਂ ਦੀ ਜਾਨ ਦੇ ਬਣੇ ਬੈਰੀ, ਕਾਲੇ ਮੂੰਹ ਹੋ ਗਏ ਅਤੇ ਚਿੱਟੇ ਖੂਨ ਹੋ ਗਏ, ਰਿਸ਼ਤੇ ਨਾਤੇ ਅਤੇ ਸ਼ਰਮ ਹਜਾ ਭੁੱਲੇ, ਖਾਰੇ ਸ਼ਹਿਦ ਹੋ ਗਏ ਅਤੇ ਕੌੜੇ ਲੂਣ ਹੋ ਗਏ, ਖਾਰੇ ਸ਼ਹਿਦ ਹੋ ਗਏ ਅਤੇ ਕੌੜੇ ਲੂਣ ਹੋ ਗਏ। ਆਜ਼ਾਦੀ ਲੈਂਦਿਆਂ ਸਾਰ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਧਰਲੀ ਮੁਸਲਮਾਨ ਵਸੋਂ ਨੂੰ ਦਰਿਆਓਂ ਪਾਰ ਨਵੇਂ ਬਣੇ ਦੇਸ਼ ਪਾਕਿਸਤਾਨ ਵਿੱਚ ਜਾਣਾ ਪੈਣਾ ਸੀ, ਅਤੇ ਉੱਧਰਲੇ ਹਿੰਦੂ ਅਤੇ ਸਿੱਖਾਂ ਨੂੰ ਇੱਧਰ ਆਉਣਾ ਪੈਣਾ ਸੀ। ਜਦ ਬਾਬੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੈਨੂੰ ਆਪਣੀ ਜਨਮ ਭੂਮੀ, ਮਿੱਤਰ ਪਿਆਰੇ, ਸਕੇ ਸੰਬੰਧੀ, ਪੁੱਤਰਾਂ ਨਾਲੋਂ ਵੀ ਪਿਆਰੇ ਸ਼ਗਿਰਦ ਛੱਡ ਕੇ ਕਿਸੇ ਅਣਡਿੱਠੀ ਥਾਂ 'ਤੇ ਜਾਣਾ ਪੈਣਾ ਹੈ, ਤਾਂ ਉਹਨਾਂ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਮੱਛੀ ਪਾਣੀ 'ਚੋਂ ਬਾਹਰ ਕੱਢ ਕੇ ਸਿੱਟ ਦਿੱਤੀ ਹੋਵੇ। ਉਹ ਜਿਸ ਆਜ਼ਾਦੀ ਲਈ ਤੜਫਦਾ ਸੀ, ਉਸ ਲਈ ਉਹ ਬਰਬਾਦੀ ਦਾ ਰੂਪ ਧਾਰਨ ਕਰ ਗਈ। ਆਖਰ ਉਹ ਸਮਾਂ ਆ ਗਿਆ ਕਿ ਸਾਹੋ ਪਿੰਡ ਦੇ ਸਾਰੇ ਲੋਕ ਅਤੇ ਉਸਦੇ ਪਿਆਰੇ ਸ਼ਗਿਰਦ ਬਾਬੂ ਜੀ ਨੂੰ ਪਰਿਵਾਰ ਸਮੇਤ ਮਜਬੂਰੀ ਬਸ ਨਾ ਚਾਹੁੰਦੇ ਹੋਇਆਂ ਵੀ ਦੁਖੀ ਦਿਲ ਦੇ ਨਾਲ ਕਵਿਤਾ ਦੇ ਦੇਵਤੇ ਨੂੰ ਦੇਸ਼ ਨਿਕਾਲਾ ਦੇਣ ਲਈ ਬਾਰਡਰ 'ਤੇ ਪਹੁੰਚ ਗਏ। ਬਾਬੂ ਜੀ ਨੇ ਆਪਣੀ ਜ਼ਿੰਦਗੀ ਜਿੱਡਾ ਹੌਕਾ ਲੈ ਕੇ ਸੱਜਣਾ ਸੁਨੇਹੀਆਂ ਅਤੇ ਸ਼ਗਿਰਦਾਂ ਤੋਂ ਵਿਦਾਇਗੀ ਲਈ ਅਤੇ ਧੂਪ ਵਿੱਚੋਂ ਨਿਕਲੀ ਲੰਬ ਵਰਗੀ ਲੰਬੀ ਭੁੱਬ ਮਾਰ ਕੇ ਬਾਰਡਰ ਲਾਈਨ ਤੋਂ ਪਰਿਵਾਰ ਸਮੇਤ ਪਾਰ ਹੋ ਗਿਆ, ਅਤੇ ਪਹਿਲੀ ਪਲਾਂਘ ਪੁੱਟਦਿਆਂ ਸਾਰ ਉਸ ਲਈ ਆਪਣਾ ਦੇਸ਼ ਹੀ ਪ੍ਰਦੇਸ਼ ਬਣ ਗਿਆ ਸੀ। ਉਹ ਪਿੱਛੇ ਮੁੜ ਮੁੜ ਕੇ ਦੇਖਦਾ ਉਜਾੜੇ ਅਤੇ ਵਿਛੋੜੇ ਦੀ ਪੰਡ ਚੁੱਕ ਕੇ ਨਵੇਂ ਟਿਕਾਣੇ ਦੀ ਭਾਲ ਵਿੱਚ ਤੁਰ ਪਿਆ। ਬਾਬੂ ਜੀ ਦਾ ਨਵੇਂ ਵਤਨ ਵਿੱਚ ਵਸੇਬਾ। ਅੰਤ ਬਾਬੂ ਜੀ ਦਾ ਪਰਿਵਾਰ ਫਿਰਦਾ ਫਰਾਉਂਦਾ, ਲੱਭਦਾ ਲਭਾਉਂਦਾ, ਖੱਜਲ ਖੁਆਰ ਹੁੰਦਾ ਅਤੇ ਮੁਸ਼ਕਲਾਂ ਮੁਸੀਬਤਾਂ ਦਾ ਮੁਕਾਬਲਾ ਕਰਦਾ ਉਕਾੜਾ ਤਹਿਸੀਲ ਦੇ ਪਿੰਡ 32 ਚੱਕ ਵਿੱਚ ਪਹੁੰਚ ਗਿਆ। ਬਹੁਤ ਹੀ ਭੱਜ ਨੱਸ ਕਰਕੇ ਇੱਧਰਲੇ ਰਿਕਾਰਡ ਮੁਤਾਬਕ 40 ਏਕੜ ਜ਼ਮੀਨ 'ਤੇ ਰਹਿਣ ਲਈ ਘਰ ਅਲਾਟ ਕਰਵਾਇਆ। ਇਸ ਤੋਂ ਇਲਾਵਾ 2 ਮੁਰੱਬੇ ਦਿਆਲਪੁਰ ਅਤੇ 2 ਮੁਰੱਬੇ ਉਕਾੜੇ ਵਿੱਚ ਅਲਾਟ ਹੋਏ। ਇੱਧਰ ਬਾਬੂ ਜੀ ਦੇ ਰਿਸ਼ਤੇਦਾਰਾਂ ਵਿੱਚੋਂ 13 ਜੀ ਉਦੋਂ ਭਾਰਤ ਵਿੱਚ ਰਹਿ ਗਏ ਸਨ। ਬਠਿੰਡੇ ਵਾਲੀ ਭੈਣ ਲਾਲ ਬੀਬੀ ਅਤੇ ਉਸਦਾ ਲੜਕਾ ਕਵੀਸ਼ਰ ਅਜ਼ੀਜ਼ ਖਾਨ ਅਤੇ ਭਤੀਜੀ ਨਿਆਮਤ ਮਸੀਤਾਂ ਵਾਲੀ ਸਾਹੋ ਆ ਕੇ 9 ਮਹੀਨੇ ਪਿੰਡ ਦੀ ਦੇਖ ਰੇਖ ਵਿੱਚ ਰਹੇ। ਮਗਰੋਂ ਬਾਬੂ ਜੀ ਦਾ ਲੜਕਾ ਅਕਾਲ ਖਾਂ ਪਰਮਿਟ ਲੈ ਕੇ ਇੱਧਰ ਆਇਆ ਅਤੇ ਸਾਰੇ ਬਾਕੀ ਜੀ ਅਤੇ ਬਚਦਾ ਸਮਾਨ, 1 ਘੋੜਾ, 4 ਮੱਝਾਂ, ਹੋਰ ਕੀਮਤੀ ਸਮਾਨ, ਟੂਮਾਂ ਅਤੇ ਨਕਦੀ ਲੈ ਕੇ ਗਿਆ। ਸਭ ਕੁਝ ਮਿਲ ਜਾਣ 'ਤੇ ਬਾਬੂ ਜੀ ਨੇ ਖਤ ਰਾਹੀਂ ਬੜੇ ਕੀਮਤੀ ਲਫਜ਼ਾਂ ਵਿੱਚ ਪਿੰਡ ਦਾ ਸ਼ੁਕਰਾਨਾ ਕੀਤਾ। ਕੁੱਲ ਮਿਲਾ ਕੇ ਜ਼ਿੰਦਗੀ ਦਾ ਜੱਕਾ ਦੁਬਾਰਾ ਰਿੜ ਪਿਆ, ਪਰ ਇੱਧਰ ਵਰਗੀ ਅਪਣੱਤ, ਸ਼ਾਂਤੀ,
ਖੁਸ਼ੀ ਤੇ ਖੁਸ਼ਹਾਲੀ ਆਉਣੀ ਅਜੇ ਬਾਕੀ ਸੀ। ਪਰ ਬਾਬੂ ਜੀ ਆਪਣੀ ਬੀ ਭਾਗ ਜ਼ਿੰਦਗੀ ਦਾ ਜ਼ਿਕਰ ਅਤੇ ਉਤਰਾਅ ਚੜ੍ਹਾਅ ਆਪਣੀਆਂ ਕਿਤਾਬਾਂ, ਆਪਣੀਆਂ ਕਵਿਤਾਵਾਂ ਅਤੇ ਖਤੋ ਖਿਤਾਬਤ ਵਿੱਚ ਸਮੇਂ ਸਮੇਂ ਸਿਰ ਬਕਾਇਦਾ ਕਰਦੇ ਸਨ। ਅਤੇ ਬਾਬੂ ਜੀ ਲਿਖਦੇ ਹਨ ਕਵਿਤਾ ਦੇ ਵਿੱਚ, ਸੱਚੇ ਦਾ ਹੁਕਮ ਆ ਗਿਆ ਉੱਜੜ ਨਗਰ ਵਿੱਚੋਂ, ਆ ਗਿਆ ਜਿੱਥੇ ਨਗਰੋਂ ਨਗਰ ਕਈ ਕੋਸਤਾਂ, ਬੱਤੀ ਚੱਕ ਗਾਮ ਹੈ ਉਕਾੜੇ ਦੀ ਤਹਿਸੀਲ ਵਿੱਚ, ਜਿੱਥੇ ਜੇ ਜਨਾਹ ਨੇ ਬਹਾਰ ਦਿੱਤੇ ਪਲੋਸਤਾਂ, ਪੰਜ ਚਾਰ ਸਾਲ ਤਾਂ ਗੁਜ਼ਰ ਗਿਆ ਫਿਕਰ ਵਿੱਚ, ਆਈ ਨਾ ਖੁਸ਼ਹਾਲੀ ਰਿਹਾ ਬਹੁਤ ਅਫਸੋਸ ਤਾਂ, ਜੈਮਲ ਫਤਿਹ ਦੀ ਕਿਤਾਬ ਨੂੰ ਤਿਆਰ ਕਰ, ਰਜਬ ਅਲੀ ਖਾਨ ਮਜਬੂਰ ਕੀਤਾ ਦੋਸਤਾਂ, ਰਜਬ ਅਲੀ ਖਾਨ ਮਜਬੂਰ ਕੀਤਾ ਦੋਸਤਾਂ। ਅਤੇ ਗਾਂ ਲਿਖਦੇ ਹਨ, ਸੰਨ 47 ਦੇਸ਼ ਚੋਂ ਉਜਾੜੇ ਸੀ, ਅੰਨ ਜਲ ਲੈ ਗਿਆ ਖਿੱਚ ਕੇ ਉਕਾੜੇ ਜੀ, ਬੱਤੀ ਚੱਕ ਮਿਲ ਗਿਆ ਟਿਕਾਣਾ ਛੇਕੜ ਹੈ, ਮਿਲ ਗਈ ਜ਼ਮੀਨ ਉੱਥੇ 40 ਏਕੜ ਹੈ, ਦਰਿਆ ਦੇ ਸਾਹਮਣੇ ਜਲਾਲਾਬਾਦ ਦੇ, ਜਿੱਥੇ ਬਾਹਲੇ ਖੇਤ ਧਾਮ ਤੇ ਕਮਾਦ ਦੇ, ਲੱਗੇ ਨਾ ਕਿਸੇ ਦਾ ਦਿਲ ਪਰਦੇਸ ਜਾ, ਹੋ ਗਈ 60 ਏਕੜ ਅਲਾਟ ਏਸ ਜਾਂ, ਊਂ ਤਾਂ ਸਾਡੀ ਪਿੰਡ ਮਾਲਕੀ ਦੀ ਪੈਲੀ ਸੀ, ਕੁਝ ਮੁਕਮ ਵਾਲੇ 'ਚ ਜ਼ਮੀਨ ਲੈ ਲਈ ਸੀ, ਹੋਰ ਕਾਲੇ ਟਿੱਬੇ 'ਚ ਖਰੀਦੀ ਧਰਤੀ, ਪਾ ਕੇ ਪੱਕਾ ਬੰਗਲਾ ਰਹਿਸ਼ ਕਰਤੀ। ਅਤੇ ਗਾਂ ਲਿਖਦੇ ਹਾਂ, ਪੁੱਤ ਖਾਂ ਅਦਾਲਤ ਵੰਡਾਈ ਕਰਦਾ, ਵਾਹੀ ਨੂੰ ਘੁਕਾਵੇ ਅਕਲ ਖਾਂ ਪਰਦਾ, ਤੀਜਾ ਕਾਕਾ ਸ਼ੇਰ ਖਾਂ ਲਾਹੌਰ ਪੜ੍ਹਦਾ, ਨਰਮ ਸੁਭਾਅ ਦਾ ਨਾ ਕਿਸੇ ਸੇ ਲੜਦਾ, ਭਾਰੀਆਂ ਜਗੀਰਾਂ ਅਤੇ ਉੱਤਮ ਜਾਤੀਆਂ, ਦੋਵੇਂ ਧੀਆਂ ਝੋਲੀ ਭੈਣ ਦੀ ਚਪਾਤੀਆਂ, ਕਾਕਿਆਂ ਦੀ ਮਾਂ ਅਤੇ ਮੈਂ ਬੱਤੀ 'ਚ ਰਹਿੰਦੇ ਹਾਂ, ਪੈਨਸ਼ਨ ਮਿਲਦੀ ਬਹਾਰਾਂ ਲੈਂਦੇ ਹਾਂ, ਕਾਕਿਆਂ ਦੀ ਮਾਂ ਅਤੇ ਮੈਂ ਬੱਤੀ 'ਚ ਰਹਿੰਦੇ ਹਾਂ, ਪੈਨਸ਼ਨ ਮਿਲਦੀ ਬਹਾਰਾਂ ਲੈਂਦੇ ਹਾਂ। ਇਸ ਤਰ੍ਹਾਂ ਬਾਬੂ ਜੀ ਨੇ ਜ਼ਮੀਨ ਜਾਇਦਾਦ ਅਤੇ ਪਰਿਵਾਰ ਅਤੇ ਖੁਸ਼ਹਾਲੀ ਦਾ ਜ਼ਿਕਰ ਤਾਂ ਬਹੁਤ ਹੀ ਉੱਭ ਕੇ ਕੀਤਾ ਹੈ, ਪਰ ਫਿਰ ਵੀ ਉਹ ਆਪਣੀ ਜਨਮ ਭੂਮੀ ਸਾਹੋ ਦੀਆਂ ਗਲੀਆਂ ਦੀ ਮਿਸ਼ਰੀ ਵਰਗੀ ਮਿੱਟੀ ਚੁੰਮਣ ਲਈ ਤਰਸਦਾ ਸੀ ਅਤੇ ਪਿੰਡ ਵਿੱਚ ਵਗਦੀ ਫੁੱਲਾਂ ਦੀ ਖੁਸ਼ਬੂ ਵਰਗੀ ਪੌਣ ਵਿੱਚ ਸਵਾਸ ਲੈਣਾ ਲੋਚਦਾ ਸੀ। ਵਤਨ ਵਿਛੋੜੇ ਦੀ ਵੇਦਨਾ, ਦੇਸ਼ ਦੀ ਵੰਡ ਸਮੇਂ ਲੋਕਾਂ ਦਾ ਲੱਖਾਂ ਰੁਪਇਆਂ ਦਾ ਸਮਾਨ, ਘਰ ਘਾਟ ਸਭ ਕੁਝ ਬਰਬਾਦ ਹੋ ਗਿਆ ਸੀ। ਪਿਆਰੇ ਪੁੱਤਰਾਂ ਧੀਆਂ ਨੂੰ ਲੋਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਕਤਲ ਹੁੰਦੇ ਵੇਖਿਆ ਸੀ। ਉਹ ਸੀਨ ਉਹਨਾਂ ਲੋਕਾਂ ਦੇ ਦਿਲਾਂ ਵਿੱਚੋਂ ਹਮੇਸ਼ਾ ਚੀਸ ਬਣ ਕੇ ਉੱਠਦਾ ਰਹਿੰਦਾ ਸੀ, ਪਰ ਬਾਬੂ ਜੀ ਪੂਰੇ ਪਰਿਵਾਰ ਸਮੇਤ ਸਹੀ ਸਲਾਮਤ 32 ਚੱਕ ਪਹੁੰਚ ਗਏ, ਚੰਗੀ ਜ਼ਮੀਨ ਅਲਾਟ ਹੋ ਗਈ। ਸੋ ਸਪਸ਼ਟ ਹੈ, ਸਾਰਾ ਪਰਿਵਾਰ ਰਿਸ਼ਤੇਦਾਰ ਸੰਸਾਰਕ ਜੀਵਨ ਪੱਖੋਂ ਖੁਸ਼ ਅਤੇ ਖੁਸ਼ਹਾਲ ਸੀ। ਰਾਜਾ ਸ਼ਮਸ਼ੇਰ ਖਾਂ, ਅਦਾਲਤ ਖਾਂ ਅਤੇ ਆਕਲ ਖਾਂ ਹੋਰਾਂ ਨੇ ਵਾਹੀ ਪੂਰੀ ਜੀ ਜਾਨ ਅਤੇ ਪੂਰੇ ਸ਼ੌਕ ਨਾਲ ਕਰਨੀ ਸ਼ੁਰੂ ਕਰ ਦਿੱਤੀ ਸੀ। 12 ਦਸੰਬਰ 1966 ਦੇ ਖਤ ਵਿੱਚ ਬਾਬੂ ਜੀ ਨੇ ਲਿਖਿਆ ਸੀ ਕਿ ਅਸੀਂ 2 ਟਿਊਬਵੈੱਲ ਬੋਰ ਕਰਵਾ ਲਏ ਹਨ ਅਤੇ ਉਹਨਾਂ ਨੇ ਸਾਹੋ ਪਿੰਡ ਦੇ ਉਹਨਾਂ ਘਰਾਂ ਦੀ ਲਿਸਟ ਮੰਗੀ ਜਿਨ੍ਹਾਂ ਨੇ ਬੋਰ ਕਰਵਾ ਲਿਆ।
ਜਾਂ ਜਿਨ੍ਹਾਂ ਨੇ ਟਰੈਕਟਰ ਖਰੀਦ ਲਏ ਸਨ। ਇੰਨੀ ਸੌਖ ਸਰਦਾਰੀ ਦੇ ਬਾਵਜੂਦ ਵੀ ਉਹ ਆਪਣੇ ਪਹਿਲੇ ਵਤਨ ਅਤੇ ਜਨਮ ਨਗਰੀ ਸਾਹੋ ਨੂੰ ਨਹੀਂ ਭੁੱਲੇ ਸਨ। 1957 ਵਿੱਚ ਲਿਖੇ ਪ੍ਰਸੰਗ ਰਮਾਇਣ ਰਜ਼ਵਲੀ ਵਿੱਚ ਲਿਖੇ ਅਸ਼ੋਕ ਬਾਗ ਦੇ ਸੀਨ ਦੀ ਕਵਿਤਾ 'ਚ ਆਪਣੇ ਪੂਰੇ ਇਲਾਕੇ ਦੇ ਪਿੰਡਾਂ ਦਾ ਜ਼ਿਕਰ ਦਰਜ ਕੀਤਾ ਹੈ। ਉਹ ਲਿਖਦੇ ਹਨ, ਭਾਗਾਂ ਵਾਲੇ ਬੰਦਿਆਂ ਨੇ ਵੇਖੇ ਸਾਹੋ ਕੇ ਹਮਾਰੇ ਘਰ ਜੀ, ਭਾਗਾਂ ਵਾਲੇ ਬੰਦਿਆਂ ਨੇ ਵੇਖੇ ਹਮਾਰੇ ਸਾਹੋ ਕੇ ਹਮਾਰੇ ਘਰ ਜੀ, ਮਾੜੀ ਮੱਲ ਕੇ ਬੰਬੀਹੇ ਸੇਖੇ ਤੇ ਸਿਵੀਆ ਸਮਾਲ ਸਰ ਜੀ, ਚੀਦਾ ਬਾਂਦਰ ਬੁਰਜ ਠੱਠੀ ਨਾਲੇ ਬਾਬੂ ਕੋਲੇ ਬਰਗਾੜੀ ਦੇ, ਮੇਵੇ ਤੋੜ ਕੇ ਮਰੋੜ ਤੋੜ ਡਾਲੇ ਖਿੰਡਾ ਫੁੱਲ ਫੁੱਲਵਾੜੀ ਦੇ, ਮੇਵੇ ਤੋੜ ਕੇ ਮਰੋੜ ਤੋੜ ਡਾਲੇ ਖਿੰਡਾ ਫੁੱਲ ਫੁੱਲਵਾੜੀ ਦੇ। ਗੱਲ ਕੀ, ਬਾਬੂ ਜੀ ਦਾ ਬੁੱਤ ਪਾਕਿਸਤਾਨ ਦੇ ਪੰਜਾਬ ਚੱਕ ਬੱਤੀ ਵਿੱਚ ਕੈਦ ਸੀ ਅਤੇ ਰੂਹ ਉਹਨਾਂ ਦੀ ਹਿੰਦੁਸਤਾਨ ਦੇ ਚੜ੍ਹਦੇ ਪੰਜਾਬ ਦੇ ਪਿੰਡ ਸਾਹੋ ਕੇ ਵਿਖੇ ਵੱਸ ਰਹੀ ਸੀ। ਉਹ ਜਨਮ ਭੂਮੀ ਅਤੇ ਪੁੱਤਰਾਂ ਤੋਂ ਵੀ ਪਿਆਰੇ ਸ਼ਾਗਿਰਦਾਂ ਤੋਂ ਵਿਛੜ ਕੇ ਇਸ ਤਰ੍ਹਾਂ ਤੜਫ ਰਿਹਾ ਸੀ ਜਿਵੇਂ ਪਾਣੀ ਮੱਛੀ 'ਚੋਂ ਬਾਹਰ ਕੱਢ ਕੇ ਸੁੱਟ ਦਿੱਤੀ ਹੋਵੇ। ਉਹ ਆਪਣੇ ਰਚੇ ਛੰਦਾਂ ਵਿੱਚ ਕੀਮਤੀ ਸ਼ਬਦਾਂ ਦੀ ਟੁਣਕਾਰ ਅਤੇ ਛੰਦਾਂ ਦੇ ਗਰਨਾਟੇ ਆਪਣੇ ਕੰਨਾਂ ਨਾਲ ਸੁਣਨੀ ਚਾਹੁੰਦਾ ਸੀ, ਪਰ ਜ਼ਮਾਨੇ ਵੱਲੋਂ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਸੀ। ਉਸ ਕੋਲ ਹੋਕੇ ਅਤੇ ਹਾਵਿਆਂ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਬਿਰਹਾ ਦੀ ਅਗਨੀ ਵਿੱਚ ਉਹ ਉਸਦਾ ਅੰਦਰ ਮੱਚ ਰਿਹਾ ਸੀ। ਲੰਮੀ ਉਦਾਸੀ, ਗਹਿਰੀ ਚੁੱਪ ਅਤੇ ਡੂੰਘੀ ਦੀਵਾਨਗੀ ਦੇ ਦਰਿਆ ਵਿੱਚ ਉਹ ਅਣਤਾਰੂਆਂ ਵਾਂਗੂ ਡੁਬਕੀਆਂ ਲੈ ਰਿਹਾ ਸੀ ਅਤੇ ਉੱਚੀਆਂ ਬਾਹਾਂ ਕਰਕੇ ਕੂਕਾਂ ਮਾਰ ਮਾਰ ਕੇ ਕਹਿੰਦਾ ਸੀ, ਦੇਵਾਂ ਤਿਫਲ ਤਸੱਲੀਆਂ ਮੈਂ, ਨਹੀਂ ਦਿਲ ਵਿਰਦਾ, ਨਹੀਂ ਦਿਲ ਵਿਰਦਾ, ਮੂੰਹ ਆਹਾਂ ਨਿਕਲਦੀਆਂ, ਲੋਕ ਕਹਿਣ ਕਮਲ ਮਾਰਦਾ ਫਿਰਦਾ, ਰਹੇ ਦਰਦ ਮੱਠਾ ਜਿਹਾ ਜੀ, ਫਰਕ ਨਾ ਵਾਲ ਬਰੋਬਰ ਪੈਂਦਾ, ਰਿਹਾ ਭੇਜ ਸਲਾਮਾਂ ਨੂੰ, ਐਸ ਪਿੰਡ ਜੰਮਿਆ ਹੋਰ ਪਿੰਡ ਰਹਿੰਦਾ, ਰਿਹਾ ਭੇਜ ਸਲਾਮਾਂ ਨੂੰ, ਐਸ ਪਿੰਡ ਜੰਮਿਆ ਹੋਰ ਪਿੰਡ ਰਹਿੰਦਾ। ਇਹ ਖੱਤ ਬਾਬੂ ਜੀ ਰਜ਼ਵਲੀ ਦੇ ਖੱਤ ਵਿੱਚੋਂ ਲੈਣਾ ਹਨ। ਅਤੇ ਅੱਗੇ ਲਿਖਦੇ ਹਨ, ਮੰਨ ਲਈ ਜੋ ਕੱਲ ਦਾ ਰੱਬ ਪਾਕ ਹੈ, ਆਉਂਦੀ ਯਾਦ ਵਤਨ ਦੀ ਖਾਕ ਹੈ, ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ, ਹਾਏ ਮੈਂ ਭੁੱਜ ਗਿਆ ਵਾਂਗੂ ਖਿਲ ਦੇ, ਭੁੱਠਾ ਬਣ ਗਿਆ ਦੇਹੀ ਹੈ, ਵਿਛੜੇ ਯਾਰ ਪਿਆਰੇ ਬਣੀ ਮੁਸੀਬਤ ਕੇ ਹੀ ਹੈ, ਵਿਛੜੇ ਯਾਰ ਪਿਆਰੇ ਬਣੀ ਮੁਸੀਬਤ ਕੇ ਹੀ ਹੈ। ਅੱਗੇ ਜਾ ਕੇ ਲਿਖਦੇ ਹਨ ਬੈਤ ਛੰਦ ਦੇ ਵਿੱਚ, ਰਾਸਾਂ ਪੈਂਦੀਆਂ ਵਾਂਗ ਕ੍ਰਿਸ਼ਨ ਦੇ ਜੀ, ਕਰਦੇ ਨਾਚ ਹਮੇਸ਼ਾ ਨਚਾਰ ਰਹਿੰਦੇ, ਸ਼ਬਦ ਪੜ੍ਹਨ ਖੜੇ ਜਿੱਥੇ ਢਾਡੀਆਂ ਦੇ, ਛੈਣੇ ਵੱਜਦੇ ਨਾਲ ਸਤਿਕਾਰ ਰਹਿੰਦੇ। ਰਾਸਾਂ ਪੈਂਦੀਆਂ ਵਾਂਗ ਕ੍ਰਿਸ਼ਨ ਦੇ ਜੀ, ਕਰਦੇ ਨਾਚ ਹਮੇਸ਼ਾ ਨਚਾਰ ਰਹਿੰਦੇ, ਸ਼ਬਦ ਪੜ੍ਹਨ ਖੜੇ ਜਥੇ ਢਾਡੀਆਂ ਦੇ, ਵੱਜਦੇ ਛੈਣਿਆਂ ਨਾਲ ਸਤਾਰ ਰਹਿੰਦੇ, ਤਿੰਨੇ ਰੁਲਦੂ ਦਲੀਪ ਬਸੰਤ ਗਿਆਨੀ, ਕਰਦੇ ਪਿੰਡ ਦੇ ਵਿੱਚ ਪ੍ਰਚਾਰ ਰਹਿੰਦੇ, ਚੰਗੇ ਕੱਖ ਅਤੇ ਸ਼ਾਦੀਆਂ ਕਰਨ ਵਾਲੇ ਬਾਬੂ ਰਜਵਲੀ ਦੇਸ਼ ਤੋਂ ਬਾਹਰ ਰਹਿੰਦੇ, ਬਾਬੂ ਰਜਵਲੀ ਦੇਸ਼ ਤੋਂ ਬਾਹਰ ਰਹਿੰਦੇ, ਲਾਵੇ ਤਾਰੀਆਂ ਢਾਬ ਚਨਾਬ ਵਾਂਗੂ,
ਪਵੇ ਪੋੜ ਤੇ ਥੜੇ ਤੇ ਛੰਟ ਉਵੇਂ ਰਜਵਲੀ ਖਾਂ ਵਾਂਗ ਪਰਦੇਸੀਆਂ ਦੇ ਰਿਹਾ ਅੱਖੀਓਂ ਨੀਰ ਪਲੱਟ ਉਵੇਂ ਰਿਹਾ ਅੱਖੀਓਂ ਨੀਰ ਪਲੱਟ ਉਵੇਂ। ਅਤੇ ਅੱਗੇ ਲਿਖਦੇ ਹਨ ਮੈਨੂੰ ਰੱਖ ਲਓ ਨਗਰ ਮੇ ਜੀ ਨਗਰ ਦੇ ਲੋਕੋ ਹੱਥਾਂ ਦੀਆਂ ਬਾਹੋ ਬਾਬੂ ਜਾਣ ਦੇ ਬਣਾਉਣਾ ਦਾਸ ਦੀ ਕਬਰ ਬਣਾ ਲਓ ਸਾਹੋ ਲਾਸ਼ ਦੱਬ ਦਿਓ ਗਾਮ ਮੇ ਜੀ ਸੱਚੇ ਕੋਲ ਭੌਰ ਪਹੁੰਚ ਜੂ ਗਾਂ ਗਾਂ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ। ਬਾਬੂ ਜੀ ਦਾ ਲੂੰ ਲੂੰ ਆਪਣੇ ਪਿੰਡ ਦੀ ਮਿੱਟੀ ਦੀ ਛੋਹ ਲਈ ਅਤੇ ਆਪਣੇ ਪਿਆਰੇ ਅਤੇ ਪੁਰਾਣੇ ਯਾਰਾਂ ਬੇਲੀਆਂ ਵਿੱਚ ਬੈਠ ਕੇ ਆਪਣੇ ਹੋਣ ਹਰ ਸ਼ਗਿਰਦਾਂ ਤੋਂ ਕਵੀਸ਼ਰੀ ਦੇ ਅਖਾੜੇ ਸੁਣਨ ਲਈ ਤੜਫ ਰਿਹਾ ਸੀ। ਸ਼ਾਇਦ ਇਸੇ ਲਈ ਉਹ ਪਾਕਿਸਤਾਨ ਤੋਂ ਆਪਣੇ ਯਾਰਾਂ ਬੇਲੀਆਂ ਅਤੇ ਸ਼ਗਿਰਦਾਂ ਨੂੰ ਲੰਮੇ ਲੰਮੇ ਖੱਤ ਲਿਖ ਕੇ ਭੇਜਦੇ ਅਤੇ ਉਹਨਾਂ ਦੀ ਫਰਮਾਇਸ਼ ਉੱਤੇ ਨਵੇਂ ਨਵੇਂ ਪ੍ਰਸੰਗ ਲਿਖ ਕੇ ਭੇਜਦੇ ਰਹਿੰਦੇ ਸਨ। ਬਾਬੂ ਜੀ ਨੇ ਆਪਣੀ ਬਹੁਤੀ ਸਾਰੀ ਬਿਹਤਰੀਨ ਕਵਿਤਾ ਪਾਕਿਸਤਾਨ ਵਿੱਚ ਲਿਖੀ ਅਤੇ ਦੇਸ਼ ਦੀ ਵੰਡ ਨੇ ਉਹਨਾਂ ਦੀ ਸ਼ਾਇਰੀ ਵਿੱਚ ਦਰਦ ਅਤੇ ਸੋਜ ਭਰ ਦਿੱਤੇ ਸੀ। ਪਾਕਿਸਤਾਨ ਦੇ ਸ਼ਹਿਰੀ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਹਿੰਦੂ ਅਤੇ ਸਿੱਖ ਧਰਮ ਬਾਰੇ ਬਹੁਤ ਹੀ ਸ਼ਰਧਾ ਭਰਪੂਰ ਅਤੇ ਖੂਬਸੂਰਤ ਪ੍ਰਸੰਗ ਲਿਖੇ। ਤਜਰਬੇ ਦੇ ਤੌਰ 'ਤੇ ਵੇਖਿਆ ਜਾਵੇ ਉਹਨਾਂ ਵੱਲੋਂ ਲਿਖੇ ਗਏ ਦਸ਼ਮੇਸ਼ ਮਹਿਮਾ ਦੇ ਕਵਿਤਾ ਵਿੱਚ ਉਹਨਾਂ ਦੀ ਦਿਲੀ ਸ਼ਰਧਾ ਡੁੱਲ ਡੁੱਲ ਕੇ ਪੈਂਦੀ ਹੈ। ਦਸ਼ਮੇਸ਼ ਮਹਿਮਾ ਦੇ ਕਵਿਤ ਵਿੱਚ ਉਹ ਲਿਖਦੇ ਹਨ ਰੱਬ ਤੋਂ ਡਰਨ ਵਾਲੇ ਕੋਮਲ ਚਰਨ ਵਾਲੇ ਗੱਲ ਤੇ ਮਰਨ ਵਾਲੇ ਦੇਸ਼ ਦੇ ਨਰੇਸ਼ ਗੁਰ ਛਾਂਟਵੇਂ ਸਰੀਰ ਵਾਲੇ ਤੇ ਧੁਨ ਸ਼ਤੀਰ ਵਾਲੇ ਸੋਹਣੀ ਤਸਵੀਰ ਵਾਲੇ ਚੰਦ ਜੈਸੇ ਫੇਸ ਗੁਰ ਗੁਰੂ ਪੰਜਾਂ ਕੱਕਿਆਂ ਵਾਲੇ ਤੇ ਕਰਾਰਾਂ ਪੱਕਿਆਂ ਵਾਲੇ ਕੰਮ ਅਣਥੱਕਿਆਂ ਵਾਲੇ ਕਰਨ ਹਮੇਸ਼ ਗੁਰ ਬਾਬੂ ਜੀ ਸ਼ਰਮ ਵਾਲੇ ਦੁਆਰੇ ਤੇ ਧਰਮ ਵਾਲੇ ਪਟਣੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ਮੇਰੇ ਦਸ਼ਮੇਸ਼ ਗੁਰ। ਅਤੇ ਸਵਰਾਸੀ ਮੰਗਲ 'ਚ ਲਿਖਦੇ ਹਨ ਕਦੇ ਦੇ ਸਵਾਲੀ ਬਾਰ ਵੱਲ ਤੱਕਦੇ ਮੇਰ ਕਰ ਭਰਮ ਦਿਲਾਂ ਦੇ ਚੱਕਦੇ ਬਖਸ਼ਕੁਸ਼ ਜੋ ਸਵਸਤੀ ਦਾ ਮੂੰਹਾਂ 'ਚੋਂ ਫਿਕਰੇ ਪੁਸ਼ਪ ਬਣ ਵਰਸਣ ਹਨ ਸੱਚੀਆਂ ਤਾਂਘਾਂ ਜੀ ਦੇਰ ਦੇ ਰਹੇ ਤਰਸ ਦੇ ਦਰਸ਼ਨ ਹਨ ਸੱਚੀਆਂ ਤਾਂਘਾਂ ਜੀ ਦੇਰ ਦੇ ਰਹੇ ਤਰਸ ਦੇ ਦਰਸ਼ਨ। ਅਮੋਲਕ ਤਰਜ 'ਚ ਲਿਖਦੇ ਹਨ ਜਦ ਰਿਹਾ ਨਾਮ ਜਪਾਹਰ ਨਾਕਸ਼ ਪੁੱਤ ਨਾ ਮਨ ਦਾ ਵਰਜੇ ਰਾਕਸ਼ ਉੱਠ ਪ੍ਰਹਲਾਦ ਗਰਮ ਥੰਮ ਬਲਦਾ ਪ੍ਰਭੂ ਕੀੜੀ ਬਣ ਕੇ ਚੱਲਦਾ ਜੱਫੀ ਪਾ ਥੰਮ ਠਾਰ ਲਿਆ ਫਿਰ ਨਰਸਿੰਘ ਦਾ ਰੂਪ ਸੱਚੇ ਸਤਿਗੁਰ ਨੇ ਧਾਰ ਲਿਆ। ਜੇ ਵੇਖਿਆ ਜਾਵੇ ਬਾਬੂ ਜੀ ਪੱਕੇ ਪੰਜ ਵਕਤ ਦੇ ਨਮਾਜ਼ੀ ਸ਼ਰ੍ਹਾਂ ਦੇ ਪਾਬੰਦ ਮੁਸਲਮਾਨ ਸਨ ਪਰ ਬਲਿਹਾਰੇ ਜਾਈਏ ਉਸ ਮਤ ਦੇ ਉਸ ਨੇ ਕਦੇ ਵੀ ਆਪਣੀ ਕਲਮ ਉੱਤੇ ਕਿਸੇ ਵੀ ਇੱਕ ਧਰਮ ਮਜ਼ਹਬ ਦੇ ਅਤੇ ਫਿਰਕੂ ਪੁਣੇ ਦਾ ਲੇਬਲ ਨਹੀਂ ਲੱਗਣ ਦਿੱਤਾ। ਜਿੱਥੇ ਉਹ ਨੌ ਨਵੀਆਂ ਦਾ ਜਸ ਕਰਦਾ ਹੈ ਉਹ ਕਹਿੰਦਾ ਹੈ ਮੈਂ ਦਾਊਦ ਦਾ ਵੀ ਦਾਸ ਉੱਤਰੀ ਜਬੂਰ ਪਾਸ ਇੰਨੀ ਬੋਲ 'ਚ ਮਿਠਾਸ ਜਾਂ ਖੁਸ਼ੀ ਸੇ ਪੜ੍ਹਦੇ ਉੱਡੇ ਜਾਂਦੇ ਪੰਛੀ ਉਦਾਲੇ ਖੜ੍ਹਦੇ। ਅਤੇ ਇਸ ਦੇ ਨਾਲ ਹੀ ਜਿੱਥੇ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਟਣੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ਲਿਖ ਕੇ ਸਨਮਾਨ ਭੇਟ ਕੀਤਾ ਹੈ ਉੱਥੇ ਉਹਨਾਂ ਮਾਤਾ ਸਰਸਤੀ ਦਾ ਮੰਗਲ ਕਰਕੇ ਆਪਣੀ ਕਲਮ ਲਈ ਤਾਕਤ ਵੀ ਮੰਗੀ ਹੈ। ਅਤੇ ਸੱਚ ਦੀ ਲੜਾਈ ਲੜ ਰਹੇ ਮਸੂਮ ਭਗਤ ਪ੍ਰਹਲਾਦ ਦੇ ਹੱਕ ਵਿੱਚ ਨਿਤਰੇ ਭਗਵਾਨ ਕ੍ਰਿਸ਼ਨ ਜੀ ਨੂੰ ਸੱਚਾ ਸਤਿਗੁਰ ਲਿਖਦੇ ਹੋਏ
ਸ਼ਾਇਰਾਂ ਕਲਾਕਾਰਾਂ ਨੂੰ ਇੱਕ ਸ਼ਾਨਦਾਰ ਸੰਦੇਸ਼ ਆਪਣੇ ਨਾਮ ਉੱਤੇ ਇਜਾਦ ਕੀਤੇ ਛੰਦ ਬਾਬੂ ਚਾਲ ਵਿੱਚ ਇਸ ਤਰ੍ਹਾਂ ਦਿੱਤਾ ਹੈ। ਨਾਮ ਜਪ ਨਾਮ ਰੱਬ ਦਾ ਜਪ ਕੇ ਤੇ ਨਾਮ ਰੱਬ ਦਾ ਜਪ ਕੇ ਤੇ ਰਜ ਬਲੀ ਰੱਖਦਾ ਦਿਲਾਂ ਨੂੰ ਮਾਂਜੀ ਧਰਮ ਦਾ ਸੋਮਾ ਸਿਆਣੇ ਮੰਨਦੇ ਉਸੇ ਨੂੰ ਜੀ ਸ਼ਾਇਰ ਜਿਹੜਾ ਜਨਮ ਨਜ਼ਮ ਬਣਾਵੇ ਸਾਂਝੀ ਸੁਣ ਤਿੰਨ ਕੌਮਾਂ ਮੂੰਹਦੇ ਜਾਣ ਕਚਹਿਰੀ ਨੂੰ ਠਾਣਾ ਜਗਮੇਰ ਸੰਤ ਨੂੰ ਪੋਗੈ ਦੁਆਤ ਨੂੰ ਢਾਵੀਂ ਸੁੱਖ ਉਰੇ ਫਿਰੋਜ਼ਪੁਰੋਂ ਮੁਕਤਸਰ ਬੰਗਲੇ ਬਠਿੰਡੇ ਮੋਗੇ ਫੂਲ ਜਗਰਾਮੀ। ਇੱਕ ਵਾਰੀ ਫਿਰ ਬਾਬੂ ਜੀ ਦਾ ਬਾਬੂ ਚਾਲ ਛੰਦ। ਨਾਮ ਰੱਬ ਦਾ ਜਪ ਕੇ ਤੇ ਰਜ ਬਲੀ ਰੱਖਦਾ ਦਿਲਾਂ ਨੂੰ ਮਾਂਜੀ ਧਰਮ ਦਾ ਸੋਮਾ ਸਿਆਣੇ ਮੰਨਦੇ ਉਸੇ ਨੂੰ ਜੀ ਸ਼ਾਇਰ ਜਿਹੜਾ ਨਜ਼ਮ ਬਣਾਵੇ ਸਾਂਝੀ ਸੁਣ ਤਿੰਨ ਕੌਮਾਂ ਮੂੰਹਦੇ ਜਾਣ ਕਚਹਿਰੀ ਨੂੰ ਠਾਣਾ ਜਗਮੇਲ ਸੰਤ ਨੂੰ ਪੋਗੈ ਦੁਆਤ ਨੂੰ ਢਾਵੀਂ ਸੁੱਖ ਉਰੇ ਫਿਰੋਜ਼ਪੁਰੋਂ ਮੁਕਤਸਰ ਬੰਗਲੇ ਬਠਿੰਡੇ ਮੋਗੇ ਫੂਲ ਜਗਰਾਮੀ। ਮਨੋਹਰ ਛੰਦ 'ਚ ਲਿਖਦੇ ਹਨ ਰਾਮ ਕ੍ਰਿਸ਼ਨ ਅਵਤਾਰ ਲਾਗੈ ਪਾਪੀਆਂ ਦੇ ਭਾਰ ਦਾਸ ਦੀ ਨਮਸਕਾਰ ਉਹਨਾਂ ਦੀ ਜਨਾਬ ਨੂੰ ਦਸਾਂ ਗੁਰੂਆਂ ਨੇ ਤਾਰਤਾ ਪੰਜਾਬ ਨੂੰ। ਬਾਬੂ ਮੌਜ ਲੈਣ ਮੌਜੀ ਪੀ ਕੇ ਅੰਮ੍ਰਿਤ ਸੋਝੀ ਬਣੀ ਸਿੱਖ ਕੌਮ ਫੌਜੀ ਸ਼੍ਰੀ ਗੁਰੂ ਗੋਬਿੰਦ ਤੋਂ ਰੱਬ ਕੋਈ ਚੀਜ਼ ਨਾ ਲੁਕਾਈ ਹਿੰਦ ਤੋਂ। ਬਾਬੂ ਜੀ ਤਿੰਨ ਕੌਮਾਂ ਦੇ ਸਾਂਝੇ ਸ਼ਹਿਰ ਸਨ ਅਤੇ ਉਹਨਾਂ ਦੀ ਕਲਮ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਸੀ। ਉਹ ਆਪਣੇ ਨਾਮ ਰਜਬ ਦੇ ਅੱਖਰੀ ਅਰਥਾਂ 'ਤੇ 100% ਪੂਰੇ ਉਤਰਦੇ ਸਨ। ਉਹਨਾਂ ਨੇ ਆਪਣੇ ਵਿੱਚ ਰਜਬ ਦਰਿਆ ਵਰਗੀ ਰਵਾਨਗੀ ਵਿਸ਼ਾਲਤਾ ਸੀਤਲਤਾ ਅਤੇ ਗਹਿਰਾਈ ਬਰਾਬਰ ਬਰਾਬਰ ਹਮੇਸ਼ਾ ਬਰਕਰਾਰ ਰੱਖੀ। ਫਿਰਕੂ ਪੁਣ ਦੇ ਝੱਖੜਾਂ ਅਤੇ ਮਜ਼ਹਬੀ ਹਨੇਰੀਆਂ ਸਾਹਮਣੇ ਸਾਂਝੀਵਾਲਤਾ ਦਾ ਦੀਵਾ ਬਾਲ ਕੇ ਰੱਖਣਾ ਅਤੇ ਆਪਣੀ ਵਿਚਾਰਧਾਰਾ ਨੂੰ ਬਚਾਉਣਾ ਕੋਈ ਸੌਖਾ ਕੰਮ ਨਹੀਂ, ਪਰ ਫਿਰ ਵੀ ਬਾਬੂ ਜੀ ਨੇ ਆਪਣੇ ਜਿਗਰ ਦਾ ਖੂਨ ਪਾ ਕੇ ਇਸ ਦੀਵੇ ਨੂੰ ਜ਼ਿੰਦਗੀ ਭਰ ਜਗਾਈ ਰੱਖਿਆ। ਕੋਟ ਕੋਟ ਪ੍ਰਣਾਮ ਹੈ ਬਾਬੂ ਜੀ ਨੂੰ।